ਸਤਿ ਸ਼੍ਰੀ ਅਕਾਲ ਜੀ। ਲਓ ਜੀ, ਅੱਜ ਦੀ ਵੀਡੀਓ ਆਪਾਂ ਫਾਰਮ ਦੇ ਕੰਮ ਕਰਦੇ ਦੀ ਬਣਾਉਂਦੇ ਹਾਂ। ਤਾਂ ਇਸ ਮੇਰੇ ਸਾਲ ਦਾ ਟਾਰਗੇਟ ਆ ਵੀ ਮੈਂ ਝੋਟੀਆਂ ਤਿਆਰ ਕਰਨੀਆਂ ਨੇ ਜਿੰਨੀਆਂ ਆਪਾਂ ਕਰ ਸਕਦੇ ਹਾਂ ਅਗਲੇ ਸਾਲ ਦੇ ਦਸੰਬਰ ਤੋਂ ਪਹਿਲਾਂ ਜਿੰਨੀਆਂ ਲਗਵਾ ਸਕਦੇ ਹਾਂ ਲਗਵਾਉਣੀਆਂ ਨੇ। ਤਾਂ ਹੁਣ ਮੈਂ ਝੋਟੀਆਂ ਨੂੰ ਫੀਡ ਦਊਂਗਾ। ਫੀਡ ਆਪਾਂ ਕਾਰਗਿਲ ਦੀ ਮੰਗਵਾਈ ਹੋਈ ਆ, ਉਹ ਤੁਹਾਨੂੰ ਦਿਖਾਉਂਦਾ ਕਿਹੜੀ ਫੀਡ ਆ। ਅਤੇ ਹਲੇ ਮੈਂ 8 ਝੋਟੀਆਂ ਦੀ ਫੀਡ ਚਲਾਈ ਹੋਈ ਆ, 4-5 ਪੰਨ ਲਗਵਾਈ ਹੋਈਆਂ ਨੇ। ਤਾਂ ਦੇਖਦੇ ਹਾਂ ਇਸ ਵੀਡੀਓ ਕੰਮ ਕਰਦੇ ਦੇ ਕੰਮ ਕਰਦੇ ਹੋਏ ਨਾ ਮੇਰਾ ਜੀ ਨਹੀਂ ਕਰਦਾ ਵੀਡੀਓ ਬਣਾਉਣ ਦਾ, ਬਟ ਚਲੋ ਚੇਂਜ ਕਰਨਾ ਵੀ ਠੀਕ ਆ। ਤਾਂ ਕਰਦੇ ਹਾਂ ਵੀਡੀਓ ਸਟਾਰਟ। ਤਾਂ ਆਪਣੀਆਂ ਇਹ ਝੋਟੀਆਂ ਨੇ, 8 ਖੜੀਆਂ ਨੇ ਲਾਈਨ 'ਚ, ਅਤੇ ਇਹਨਾਂ ਦੀ ਫੀਡ ਮੈਂ ਚਲਾਈ ਹੋਈ ਆ ਹਲੇ। ਅਤੇ ਇਹਨਾਂ ਦਾ ਵੇਟ ਪੂਰਾ ਕਰਨਾ, ਉਮਰ ਮਤਲਬ ਵੀ ਠੀਕ ਠੀਕ ਹੋਈ ਹੋਈ ਆ, ਇਹਨਾਂ ਦੇ ਲੱਗਣ ਜੋਗੀਆਂ ਹੈਗੀਆਂ ਨੇ ਪਰ ਵੇਟ ਨਹੀਂ ਹੈਗਾ ਪੂਰਾ। ਤਾਂ ਕਾਰਗਿਲ ਦੀ ਆਪਾਂ ਫੀਡ ਮੰਗਵਾਈ ਹੋਈ ਆ, ਆਹ ਫੀਡ ਪਈ ਆ ਆਪਣੀ ਕਾਰਗਿਲ ਦੀ, ਹੈਗੀ ਆਪਣਾ ਡੇਲੀ ਪ੍ਰੋਟੀਨ ਸਪਲੀਮੈਂਟ। ਅਤੇ ਇਹ ਮੈਂ ਹਲੇ 1.5 ਕਿਲੋ ਦੇ ਰਿਹਾ ਇਹਨਾਂ ਨੂੰ, ਇੱਕ ਝੋਟੀ ਨੂੰ ਇੱਕ ਦਿਨ ਦੀ। ਅਤੇ ਇੱਕ ਫੀਡ ਆ ਆਪਣੀ, ਅਤੇ ਇਹ ਮੈਕਸੀਮਮ 2.5 ਕਿਲੋ ਤੱਕ ਦੇ ਸਕਦੇ ਹਾਂ। ਅਤੇ ਇਹ ਗਰੋਥ ਕਰਨ 'ਚ ਨਾ ਮਤਲਬ ਵੀ ਹੈਲਪ ਕਰਦੀ ਹੈ, ਜਿਹੜੀ ਝੋਟੀਆਂ ਦੀ ਗਰੋਥ ਰੁਕੀ ਹੁੰਦੀ ਹੈ, ਜਿਵੇਂ ਆਪਣੀ ਝੋਟੀਆਂ ਦੀ ਗਰੋਥ ਰੁਕੀ ਹੋਈ ਆ, ਉਮਰ ਖਾਸੀ ਹੋ ਗਈ ਬਟ ਗਰੋਥ ਹੋ ਨਹੀਂ ਰਹੀ ਹੈਗੀ ਕਿਉਂਕਿ ਸਟਾਰਟਿੰਗ 'ਚ ਧਿਆਨ ਨਹੀਂ ਦਿੱਤਾ। ਤਾਂ ਹੌਲੀ ਹੌਲੀ ਐਕਸਪੀਰੀਅੰਸ ਆਊਗਾ ਤਾਂ ਉਹਨਾਂ 'ਚ ਇਹ ਹੈਲਪ ਕਰਦੀ ਆ। ਬਾਕੀ ਆਪਣਾ ਕੁਛ ਵੀ ਲੈਣ ਤੋਂ ਪਹਿਲਾਂ ਜਾਂ ਰਿਸਰਚ ਕਰਕੇ ਆਪਣਾ ਆਪ ਹਿਸਾਬ ਨਾਲ ਦੇਖਿਓ, ਕਿਉਂਕਿ ਹਰ ਬੰਦੇ ਦਾ ਐਕਸਪੀਰੀਅੰਸ ਅੱਡ ਹੁੰਦਾ, ਹਰ ਬੰਦਾ ਅੱਡ ਤਰੀਕੇ ਨਾਲ ਕਰਦਾ। ਤਾਂ ਇਹ ਆਪਾਂ ਪਾਵਾਂਗੇ ਅਤੇ 1.5 ਕਿਲੋ ਦੇਵਾਂਗੇ ਇਹਨਾਂ ਝੋਟੀਆਂ ਨੂੰ। ਹੁਣ ਇਹ ਜਿਹੜਾ ਡੱਬਾ, ਇਹ ਡੱਬਾ ਮੇਰਾ ਨਾਪਿਆ ਹੋਇਆ 1.5 ਕਿਲੋ ਦਾ ਡੱਬਾ, ਤਾਂ ਆਪਾਂ 1.5 ਕਿਲੋ 3 ਵਾਰ ਪਾਵਾਂਗੇ ਇੱਕ ਝੋਟੀ ਵਾਸਤੇ। ਅਤੇ ਇਹਨੂੰ 6 ਵਾਰ ਪਾ ਕੇ, 2 ਝੋਟੀਆਂ ਨੂੰ ਮੈਂ ਇਕੱਠਾ ਪਾ ਦਿੰਦਾ ਕਿਉਂਕਿ 2 ਝੋਟੀਆਂ ਇਕੱਠੀਆਂ ਖੜੀਆਂ ਨੇ, ਨਹੀਂ ਤਾਂ ਇੱਕ ਦੂਜੇ ਦਾ ਖਾਈ ਜਾਂਦੀਆਂ ਨੇ। 4, 5, 6 ਤਾਂ ਇਹ ਹੋ ਗਏ 2 ਝੋਟੀਆਂ ਦਾ। ਹੁਣ 2 ਝੋਟੀਆਂ ਨੂੰ ਇਹਨੂੰ ਪਾਵਾਂਗੇ। 3 ਕਿਲੋ ਹੋ ਗਿਆ ਇਹ, 1.5 ਕਿਲੋ 1-1 ਝੋਟੀ ਦਾ। ਮੈਂ 2 ਝੋਟੀਆਂ ਖੜੀਆਂ ਨੇ ਵਿੱਚ ਪਾਈ, ਖੜ ਜਾ ਪੁੱਤ, ਖੜ ਜਾ ਖੜ ਜਾ ਖੜ ਜਾ, ਗੇਰਨਾ ਦੇ ਮੈਂ ਇੱਥੇ ਵਿੱਚ ਪਾ ਦੇਣਾ ਅਤੇ ਦੋਨਾਂ ਨੇ ਆਪਣਾ ਖਾ ਲੈਣਾ। ਐਂ ਕਰਕੇ ਮੈਂ ਸਾਰੀਆਂ 8 ਨੂੰ ਪਾਲਣਾ, ਮਤਲਬ ਵੀ 4 ਕੌਲੇ ਭਰੂੰਗਾ 3-3 ਕਿਲੋ ਦੇ, ਅਤੇ 8 ਨੂੰ ਚੱਲ ਜੂਗਾ ਅਤੇ ਖਾਣ ਲੱਗ ਜਾਣਗੀਆਂ। ਕਹਿੰਦੇ ਤਾਂ ਇਹੀ ਨੇ ਕਾਰਗਿਲ ਵਾਲੇ ਵੀ ਇਹ ਗਰੋਥ 'ਚ ਹੈਲਪ ਕਰਦੀ ਆ, ਬਾਕੀ ਰਿਜ਼ਲਟ ਆ ਵੀ ਰਹੇ ਨੇ, ਹਲੇ ਇੰਨਾ ਟਾਈਮ ਹੋਇਆ ਨਹੀਂ ਹੈਗਾ ਪਾਉਂਦੇ ਨੂੰ। ਤਾਂ ਟਾਰਗੇਟ ਮੇਰਾ ਇਹੀ ਆ ਵੀ ਫੀਡ ਵਗੈਰਾ ਮੁੱਕੇ ਨਾ ਆਪਣੀ, ਲੈ ਕੇ ਆਈ ਜਾਈਏ ਅਤੇ ਪਾਈ ਜਾਈਏ ਅਤੇ ਤਿਆਰ ਕਰੀਏ ਝੋਟੀਆਂ ਵਗੈਰਾ, ਕਿਉਂਕਿ ਅੱਗੇ ਫਾਰਮ ਦਾ ਫਿਊਚਰ ਇਹੀ ਆ। ਜੇ ਆਪਾਂ ਘਰ ਦੀਆਂ ਝੋਟੀਆਂ ਤਿਆਰ ਕਰਕੇ ਨਾ, 50 ਝੋਟੀਆਂ ਨੇ ਆਪਣੇ ਕੋਲ ਐਟ ਅ ਟਾਈਮ, ਤਾਂ ਮਤਲਬ ਵੀ 50 ਮੈਸਾਂ ਤਿਆਰ ਹੋ ਜਾਣਗੀਆਂ ਅਤੇ ਉਹਦੇ ਨਾਲ ਵਧੀਆ ਹੋ ਜੂਗਾ ਕੰਮ ਇੱਕਦਮ, ਮਤਲਬ ਵੀ ਦੁੱਗਣਾ ਹੋ ਜਾਣਾ ਕਿਉਂਕਿ 50 ਮੈਸਾਂ ਆਪਣੇ ਕੋਲ ਹੈਗੀਆਂ ਨੇ। 50 ਝੋਟੀਆਂ ਜੇ ਆਪਾਂ ਮੈਸਾਂ ਬਣਾ ਕੇ ਵਧੀਆ ਹੋ ਜੂਗਾ। ਆਹ ਚੱਲੀ ਆਪਣੀ ਫੀਡ ਦੂਜੀ 2 ਝੋਟੀਆਂ ਦੀ, ਅਤੇ ਇਹਨਾਂ ਨੂੰ ਪਾ ਦਾਂਗੇ, ਇਹ ਖਾਣ ਲੱਗ ਜਾਣਗੀਆਂ, ਫਿਰ ਅਗਲੀ ਦੀ ਫਿਰ ਅਗਲੀ ਦੀ। ਕੁਛ ਝੋਟੀਆਂ ਦਾ ਨਾ ਦਬਾ ਦਬ ਖਾ ਜਾਂਦੀਆਂ ਨੇ, ਕੁਛ ਥੋੜ੍ਹਾ ਟਾਈਮ ਲਾ ਕੇ ਖਾਂਦੇ ਨੇ, ਖੁਰਲੀਆਂ ਇਹਨਾਂ ਦੇ ਭਰੀਆਂ ਪਈਆਂ ਨੇ, ਰੱਜੀਆਂ ਪਈਆਂ ਨੇ। ਤਾਂ ਹੁਣ ਥੋੜ੍ਹਾ ਕੱਖ ਹੋਰ ਪੈ ਕੇ ਇੱਥੇ ਦਾਣਾ ਪਊਗਾ, ਤਾਂ ਕਈ ਝੋਟੀਆਂ ਬਸ ਦਾਣੇ ਦੀ ਉਡੀਕ 'ਚ ਖੜੀਆਂ ਨੇ ਵੀ ਦਾਣਾ ਖਾਵਾਂਗੇ ਅਸੀਂ, ਅਤੇ ਕੁਛ ਖਾ ਰਹੀਆਂ ਨੇ, ਬਟ ਐਂਡ 'ਚ ਇਹਨਾਂ ਨੇ ਸਭ ਨੇ ਖਾ ਜਾਣਾ, ਮਤਲਬ ਇੱਥੇ ਬੱਚਿਆ ਹੋਇਆ ਕੁਛ ਨਹੀਂ ਮਿਲਦਾ, ਤਾਂ ਖਾ ਜਾਣਗੀਆਂ। ਝੋਟੀਆਂ ਦੇ ਸਿੰਘ ਸੁੰਘ ਵਧੀਆ ਨੇ, ਮਤਲਬ ਵੀ ਠੀਕ ਨਸਲ ਦੀਆਂ ਝੋਟੀਆਂ ਨੇ ਆਪਣੇ ਕੋਲ। ਬਸ ਤਿਆਰ ਕਰਨ ਦਾ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀਗਾ ਵੀ ਦੁੱਧ ਕਿੰਨਾ ਛੱਡਣਾ, ਹੋਰ ਵਰਕਰਸ ਦੇ ਸਹਾਰੇ ਸੀਗੇ। ਤਾਂ ਹੁਣ ਜਿਹੜੀਆਂ ਨਵੀਆਂ ਝੋਟੀਆਂ ਆਈਆਂ ਨੇ, ਨਵੇਂ ਕਟਰੂ ਆਏ ਨੇ, ਉਹ ਮੈਂ ਆਪ ਨਿਗਰਾਨੀ ਨਾਲ ਤਿਆਰ ਕਰਾ ਰਿਹਾ, ਉਹਨਾਂ ਨੂੰ ਤਿਆਰ ਕਰਨ 'ਚ ਇੰਨਾ ਟਾਈਮ ਨਹੀਂ ਲੱਗਣਾ। ਹਾਂਜੀ, ਕਿਹੜੀ ਇਹ? ਥੋੜ੍ਹਾ ਜਿਹਾ ਮੈਂ ਝਾੜੂ ਮਾਰ ਕੇ ਨਾ ਕੋਲੇ ਲਾ ਦੂੰਗਾ, ਕਿਉਂਕਿ ਕੱਟੀਆਂ ਛੋਟੀਆਂ ਨੇ ਤਾਂ ਮੂੰਹ ਪਹੁੰਚਦਾ ਨਹੀਂ ਵਿਚਾਰੀਆਂ ਦਾ। ਕੁਛ ਨਹੀਂ, ਵੀਡੀਓ ਬਣਾ ਰਿਹਾ, ਕੋਲੇ ਲੱਗ ਜੂਗਾ ਫਿਰ ਖਾ ਲੈਣਗੀਆਂ ਸਾਰਾ। ਆਹ ਦੇਖਿਓ, ਹੁਣ ਕੱਖ ਜਿਹਾ ਮੈਂ ਸਾਰਾ ਨੇੜੇ ਲਾਤਾ ਅਤੇ ਹੁਣ ਖਾ ਰਹੀਆਂ ਨੇ, ਹੁਣ ਇਹਦੇ ਉੱਤੇ ਦਾਣਾ ਲੱਗ ਜੂਗਾ। ਇਹ ਝੋਟੀਆਂ ਥੋੜ੍ਹੀਆਂ ਛੋਟੀਆਂ ਨੇ, ਸਿਹਤ ਮੈਨੂੰ ਪਤਾ ਬਹੁਤ ਮਾੜੀ ਆ, ਬਟ ਯਾਰ ਗਲਤੀ ਮੇਰੀ ਨਹੀਂ ਹੈਗੀ, ਐਕਸਪੀਰੀਅੰਸ ਨਹੀਂ ਸੀਗਾ ਬਿਲਕੁਲ ਵੀ, ਪਤਾ ਨਹੀਂ ਸੀਗਾ ਕਿੰਨਾ ਦੁੱਧ ਛਡਵਾਉਣਾ ਹੋਰ ਸੀਗਾ, ਬਟ ਹੁਣ ਜਿਹੜੇ ਅਗਲੇ ਕਟਰੂ ਪਾਲ ਰਿਹਾ ਮੈਂ ਆਪਣੀ ਨਿਗਰਾਨੀ ਨਾਲ ਪਾਲ ਰਿਹਾ, ਅਤੇ ਉਹ ਦੇਖਿਓ ਕਿੰਨੀ ਛੇਤੀ ਤਿਆਰ ਕਰਕੇ ਦਿਖਾਉਂਦੇ ਆਪਾਂ। ਆਪਣੇ ਕੋਲ ਇਸ ਟਾਈਮ 'ਤੇ ਸ਼ੈੱਡ 'ਚ 50 ਕਟਰੂ ਹੋਣੇ, ਮਤਲਬ ਵੀ 39-40 ਇੱਧਰ ਨੇ, 10-15 ਉੱਧਰ ਹੋਣੇ, ਤਾਂ 50+ ਕਟਰੂ ਹੈਗੇ ਨੇ ਆਪਣੇ ਕੋਲ। ਤਾਂ ਇਹ ਸਾਰੇ ਪਾਲਣੇ ਨੇ, ਹੁਣ ਇਹਨਾਂ ਨੂੰ ਤਿਆਰ ਕਰਨਾ। ਇਹ ਆਏ ਨਹੀਂ ਲੱਗਦਾ ਜਿਵੇਂ ਗਾਵਾਂ ਦਾ ਸ਼ੈੱਡ ਹੁੰਦਾ ਵੀ ਕੋਲੇ ਆਇਆ ਨਹੀਂ ਖਿੱਚਿਆ ਹੁੰਦਾ, ਝਾੜੂ ਜਿਹਾ ਲਾ ਕੇ ਵਧੀਆ ਲੱਗਦਾ।
ਵਧੀਆ ਖਾ ਪੀ ਰਹੇ ਨੇ ਵਧੀਆ ਐਨੇ ਪਸ਼ੂ ਇਹ ਦੇਖ ਕੇ ਨਾ ਖੁਸ਼ੀ ਹੁੰਦੀ ਹੈ ਯਾਰ ਵੀ ਠੀਕ ਆ ਆਪਣਾ ਸਿਸਟਮ ਜੇ ਠੀਕ ਬਣ ਜੂਗਾ ਹੌਲੀ ਹੌਲੀ ਉਹੀ ਯਾਰ ਲੱਗੇ ਰਹੋ ਕੰਮ 'ਤੇ ਹੌਲੀ ਹੌਲੀ ਗਰੋ ਹੋਈ ਜਾਊਗਾ ਕੰਮ ਕਰਤਾ ਨਾ ਤੁਹਾਨੂੰ ਨਾ ਮੈਂ ਅਗਲੀ ਕਿਸੇ ਵੀਡੀਓ 'ਚ ਉਹ ਕੱਟਰੂ ਦਿਖਾਊਂਗਾ ਜਿਹੜੇ ਮੈਂ ਆਪਣੀ ਨਿਗਰਾਨੀ ਹੇਠ ਪਾਲ ਰਿਹਾ ਮਹੀਨੇ ਮਹੀਨੇ ਦੇ ਹੋ ਗਏ ਅਤੇ ਉਹਨਾਂ ਦੀ ਗਰੋਥ ਦੇਖਿਓ ਉਹ ਦੇਖਿਓ 7-8 ਮਹੀਨੇ ਤੱਕ ਕਿੱਥੇ ਜਾਂਦੇ ਯਾਰ ਇਹ ਕੱਟਰੂ ਨਾ ਜਦ ਆਪਾਂ ਕੰਮ ਨਵਾਂ ਸਟਾਰਟ ਕੀਤਾ ਸੀਗਾ ਉਦੋਂ ਦੇ ਨੇ ਲਾਈਕ ਮਤਲਬ ਵੀ ਉਦੋਂ ਪਤਾ ਨਹੀਂ ਸੀਗਾ ਕਿੰਨਾ ਕੁ ਦੁੱਧ ਛੱਡਣਾ ਕਿੰਨਾ ਕੁ ਨਹੀਂ ਕੁਛ ਨਹੀਂ ਪਤਾ ਸੀਗਾ ਮੈਨੂੰ ਤਾਂ ਕੱਟੇ ਬੱਚੇ 'ਚ ਫਰਕ ਨਹੀਂ ਪਤਾ ਹੁੰਦਾ ਸੀਗਾ ਤਾਂ ਜਿਵੇਂ ਬੰਦੇ ਕਰੀ ਕੇ ਉਵੇਂ ਆਪਾਂ ਚੱਲੀ ਗਏ ਠੀਕ ਆ ਬੰਦੇ ਕਹਿੰਦੇ ਸੀਗੇ ਵਧੀਆ ਛੱਡ ਰਹੇ ਹਾਂ ਮੰਨੀ ਗਏ ਵੀ ਠੀਕ ਆ ਵਧੀਆ ਛੱਡ ਰਹੇ ਹਾਂ ਬਟ ਹੁਣ ਪਤਾ ਲੱਗਦਾ ਵੀ ਦੁੱਧ ਇਹਨਾਂ ਨੂੰ ਘੱਟ ਸੀਗਾ ਅਤੇ ਜਿਹੜੀ ਸਟਾਰਟਿੰਗ ਦੀ ਗਰੋਥ ਰੁਕ ਜਾਵੇ ਨਾ ਕੱਟਰੂ ਦੀ ਉਹ ਫਿਰ ਵਧਾਉਣੀ ਬਹੁਤ ਔਖੀ ਹੋ ਜਾਂਦੀ ਆ ਤਾਂ ਹੁਣ ਸਟਾਰਟਿੰਗ ਵਾਲੇ ਕੱਟਰੂ ਨੇ ਇਹਨਾਂ ਨੂੰ ਔਖੇ ਸੌਖੇ ਕਰਕੇ ਆਪਾਂ ਬੜੇ ਕਰ ਲਾਂਗੇ ਪਾਲ ਲਾਂਗੇ ਮੈਂ ਸਭ ਬਣਾ ਲਾਂਗੇ ਬਟ ਅੱਗੇ ਤੋਂ ਇਹ ਪ੍ਰੋਬਲਮ ਨਹੀਂ ਮੈਂ ਆਉਣ ਦਿੰਦਾ ਇੰਨੀ ਕੁ ਮੇਰੀ ਗਰੰਟੀ ਆ ਕਿਉਂਕਿ ਯਾਰ ਜਿੰਨੀ ਛੇਤੀ ਕੱਟਰੂ ਪਾਲਣਗੇ ਨਾ ਤਿਆਰ ਹੋਣਗੇ ਉਹਨਾਂ ਕੰਮ ਕਰ ਅੱਗੇ ਵਧੀਆ ਚੱਲੂਗਾ ਅਤੇ ਹੁਣ ਜਿਵੇਂ ਜੇ ਇਹ ਕੱਟਰੂ 2-3 ਸਾਲ ਖੜ੍ਹੇ ਰਹਿ ਗਏ ਫਿਰ ਆਪਾਂ ਨੂੰ ਖਵਾਉਣਾ ਜ਼ਿਆਦਾ ਪੈ ਜਾਂਦਾ ਅਤੇ ਉਹ ਫਿਰ ਕੰਮ ਕਰ ਲੋਸ 'ਚ ਚੱਲ ਜਾਂਦਾ ਤਾਂ ਅਗਲੀ ਕਿਸੇ ਵੀਡੀਓ 'ਚ ਤੁਹਾਨੂੰ ਦਿਖਾਊਂਗਾ ਜਿਹੜੇ ਨਵੇਂ ਕੱਟਰੂ ਨੇ ਉਹ ਕਿਵੇਂ ਤਿਆਰ ਹੋ ਰਹੇ ਨੇ ਅਤੇ ਉਹਨਾਂ ਨੂੰ ਮੈਂ ਕਿਵੇਂ ਤਿਆਰ ਕਰ ਰਿਹਾ ਕਿੰਨਾ ਕੁ ਦੁੱਧ ਆ ਕਿੰਨੀ ਕੁ ਫੀਡ ਆ ਕਿਵੇਂ ਉਹਨਾਂ ਨੂੰ ਵੀ ਕਾਫ ਸਟਾਰਟ ਕੀਤਾ ਹੋਇਆ ਅਤੇ ਉਹ ਅਗਲੀ ਵੀਡੀਓ 'ਚ ਜੇ ਇਹੋ ਜਿਹੀ ਵੀਡੀਓਜ਼ ਵਧੀਆ ਲੱਗਦੀਆਂ ਤਾਂ ਕਮੈਂਟਸ 'ਚ ਦੱਸਿਓ ਵੀ ਪਿਛਲੀ ਵੀਡੀਓਜ਼ 'ਤੇ ਵੀਡੀਓਜ਼ 'ਚ ਕਿਹੜੀ ਜ਼ਿਆਦਾ ਵਧੀਆ ਲੱਗਦੀਆਂ ਨੌਲੇਜ ਵਾਲੀਆਂ ਗੱਲਾਂ ਬਾਤਾਂ ਵਾਲੀਆਂ ਜਾਂ ਫਾਰਮ 'ਤੇ ਕੰਮ ਕਰਦੇ ਦੀਆਂ ਅਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮੱਚ ਜੀ ਥੈਂਕ ਯੂ ਜੀ